ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਕਹਾਨੀ ਕਰਨ ਜਾ ਰਿਹਾ ਆਂ ਇਹ ਕਹਾਣੀ ਬਹੁਤ ਮਤਲਬ ਚੰਗੀ ਏ ਔਰ ਬਹੁਤ ਐਂ ਦੇ ਵਿੱਚ ਦੁੱਖ ਭਰਿਆ ਹੋਇਆ ਔਰ ਢੇਰ ਸਾਰੇ ਘਟਨਾਵਾਂ ਔਰ ਢੇਰ ਸਾਰੇ ਪਾਤਰ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਇਹਦਾ ਨਾਮ ਹੈ ਵਹਿੰਗੀ ਤੇ ਵਹਿੰਗੀ ਜਿਹੜੀ ਇਹ ਕਹਾਣੀ ਐ ਮੈਂ ਤੁਹਾਨੂੰ ਪਹਿਲੀ ਦੱਸ ਦਵਾਂ ਵੀ ਵਹਿੰਗੀ ਦਾ ਮਤਲਬ ਕੀ ਹੁੰਦਾ ਕਹਿੰਦੇ ਤੁਸੀਂ ਵਹਿੰਗੀ ਦੇਖੀਏ ਕੀ ਕਹਿੰਦੇ ਨੇ ਨੋ ਸ਼ਰਵਣ ਦੇਖਿਆ ਤੁਸੀਂ ਸ਼ਰਵਣ ਨੇ ਜਿਹੜੀ ਆਪਣੇ ਹੱਥ ਦੇ ਵਿੱਚ ਚੱਕੀ ਹੋਈ ਸੀ ਉਹਨੂੰ ਵਹੰਗੀ ਕਹਿੰਦੇ ਨੇ ਤੇ ਉਹ ਸ਼ਰਵਣ ਨੇ ਇੱਕ ਮਤਲਬ ਪਾਸੇ ਆਪਣੇ ਮੰਮੀ ਨੂੰ ਇੱਕ ਪਾਸੇ ਆਪਣੇ ਮਤਲਬ ਬੁਆਤਾ ਜੀ ਨੂੰ ਰ ਇੱਕ ਪਾਸੇ ਆਪਣੇ ਪਿਤਾ ਜੀ ਨੂੰ ਬਿਠਾਇਆ ਹੋਇਆ ਸੀ ਤੇ ਉਹਨਾਂ ਨੂੰ ਚਾਰ ਧਾਮ ਦੀ ਕਹਿੰਦੇ ਨੇ ਮਤਲਬ ਯਾਤਰਾ ਕਰਾਣ ਲੈ ਕੇ ਗਿਆ ਹੋਇਆ ਸੀ ਕਿਉਂਕਿ ਉਹਨਾਂ ਦੇ ਮਾਪਿਓ ਅੰਨੇ ਸੀ ਤੇ ਉਹ ਚੰਦਾ ਸੀ ਵੀ ਉਹ ਠੀਕ ਹੋ ਜਾਣ ਤੇ ਇਹ ਬਿਲਕੁਲ ਉਹੀ ਕਹਾਣੀ ਦਾ ਮਤਲਬ ਵੇਰਵਾ ਪੇਸ਼ ਕਰਦੀ ਏ ਪਰ ਲੇਕਿਨ ਥੋੜੇ ਅਲੱਗ ਢੰਗ ਨਾਲ ਤੇ ਹੁਣ ਅਸੀਂ ਦੇਖਾਂਗੇ ਵੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਏ ਤੇ ਇਹਦੇ ਵਿੱਚ ਦੇਸ਼ ਰਾਜ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜੇ ਤੁਸੀਂ ਦੇਖ ਰਹੇ ਹੋ ਵੀ ਦੇਸ਼ ਰਾਜ ਸਿੰਘ ਇੱਕ ਕਹਾਣੀਕਾਰ ਦੇ ਮਾਸੜ ਜੀ ਨੇ ਤੇ ਜਿਹੜੀ ਕਹਾਣੀ ਲਿਖਣਾ ਨੇ ਕਹਾਣੀਕਾਰ ਅਲੱਗ ਏ ਤੇ ਇਹ ਦੇਸ਼ ਰਾਜ ਸਿੰਘ ਜਿਹੜੇ ਨੇ ਮਾਸੜ ਜੀ ਨੇ ਤੇ ਇਹ ਬੜੇ ਮਤਲਬ ਸਿੱਧੇ ਸਾਦੇ شریف ਤੇ ਸੰਤ ਸੁਭਾਅ ਦੇ ਬੰਦੇ ਨੇ ਕੌਣ ਦੇਸ਼ ਰਾਜ ਸਿੰਘ ਜੀ ਤੇ ਇਹ ਦੋ ਦੋ ਵਰੇ ਹੈ ਜੇਲ ਵੀ ਕੱਟ ਕੇ ਆਏ ਹੋਏ ਨੇ ਤੇ ਇਹ ਗੱਲ ਏ ਉਹਨਾਂ ਦੀ ਉਹਨਾਂ ਪਲਾਂ ਦੀ ਵੀ ਜਦੋਂ ਦੇਸ਼ ਦੀ ਵੰਡ ਹੁੰਦੀ ਪਈ ਸੀ ਤੇ ਆਜ਼ਾਦੀ ਦੇ ਮਤਵਾਲੇ ਜਿਹੜੇ ਨੇ ਜਿਵੇਂ ਕਿ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਸੀ ਤੇ ਉਹ ਜਾਨਣਾ ਵਾਰ ਰਹੇ ਸਨ ਤੇ ਪਿਸ਼ਾਵਰ ਜੇਲ੍ਹ ਦੇ ਵਿੱਚ ਇਹਨਾਂ ਨੇ ਕਿੰਨੇ ਮਹੀਨੇ ਕੱਟੇ ਵੀ ਨੇ ਜਿਹੜੇ ਨੇ ਦੇਸ਼ ਰਾਜ ਸਿੰਘ ਜਿਹਨਾਂ ਨੇ ਕਿੰਨੇ ਮਹੀਨੇ ਕੱਟੇ ਨੇ ਤੇ ਇਹ ਆਜ਼ਾਦੀ ਦੇ ਕੁਲਾਟੀਏ ਨੇ ਦੇਸ਼ ਰਾਜ ਸਿੰਘ ਜੀ ਤੇ ਅਮ੍ਰਿਤ ਛੱਕੇ ਫੇਰ ਸਰਦਾਰ ਬਣ ਗਏ ਸੀ ਸਿੱਖ ਬਣ ਗਏ ਸੀ ਸਿੰਘ ਬਣ ਗਏ ਸੀ ਗੁਰਸਿੱਖ ਬਣ ਗਏ ਸੀ ਉਹਨਾਂ ਦੀ ਜ਼ਿੰਦਗੀ ਫੇਰ ਗੁਜ਼ਾਰਨ ਲੱਗ ਪਈ ਸੀ ਤੇ ਕਹਾਣੀਕਾਰ ਦੇ ਮਾਸੜ ਤੇ ਮਾਸੀ ਐਤਵਾਰ ਵਾਲੇ ਦਿਨ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਵੀ ਜਾਂਦੇ ਸੀ ਖੂਹ ਹੀ ਦੇ ਉੱਤੇ ਇਸ਼ਨਾਨ ਕਰਨ ਸ੍ਰੀ ਚੰਦ ਦੀ ਧਰਮਸ਼ਾਲਾ ਤੇ ਪੰਜ ਤੀਰਥ ਤੀਰਥੀ ਵੀ ਜਾਂਦੇ ਸੀ ਪਹਿਲਾਂ ਸਲੇਠੀ ਦਾ ਪੁੱਤਰ ਵੀ ਇਹਨਾਂ ਦਾ ਮਰ ਚੁਕਿਆ ਸੀ 2 ਸਾਲਾਂ ਦਾ ਹੋ ਕੇ ਤੇ 2 ਕੁਸਰੀ 2 ਦਿਨਾਂ ਦਾ ਹੋ ਕੇ ਇਹਨਾਂ ਦਾ ਪੁੱਤਰ ਮਰ ਗਿਆ ਸੀ ਪਹਿਲਾਂ ਤੇ ਫਿਰ ਸੱਸ ਨੇ ਵੀ ਮਤਲਬ ਤਦ ਕੀ ਕੀਤਾ ਖਾਸੇ ਦੀ ਜਿਹੜੀ ਇਹ ਮਹਿਲਾ ਦੁਪੱਟਾ ਆਪਣੇ ਸਿਰ ਉੱਤੇ ਲੈ ਲਿਆ ਔਰ ਕਹਿੰਦੀ ਹੁਣ ਮੈਂ ਵਧੀਆ ਦੁਪੱਟਾ ਤਦ ਲਾਂਗ ਜਦ ਮੁੰਡਾ ਜੰਮੇਗਾ ਤੇ ਉਹਨੇ ਮਤਲਬ ਇਹਨੂੰ ਬੜੀਆਂ ਤਾੜਨਾਵਾਂ ਦਿੱਤੀਆਂ ਤੇ ਤਾੜਨਾਵਾਂ ਤੁਹਾਨੂੰ ਪਤਾ ਹੀ ਹੈ ਮਾਸੀ ਨੂੰ ਅੰਦੇ ਮਾਸੀ ਨੂੰ ਬੜੀਆਂ ਤਾੜਨਾਵਾਂ ਦਿੱਤੀ ਤੇ ਤੂੰ ਪੁੱਤਰ ਜਮ ਪੁੱਤਰ ਜਮ ਤੇ ਇੱਕ ਤੋਂ ਇੱਕ ਬਾਅਦ ਇਹਨਾਂ ਦੀਆਂ ਪੰਜ ਕੁੜੀਆਂ ਹੋ ਗਈਆਂ ਤੇ ਮਤਲਬ ਬਹੁਤ ਜ਼ਿਆਦਾ ਤੁਹਾਨੂੰ ਸਮਝ ਆ ਰਿਹਾ ਕਿ ਬਹੁਤ ਜ਼ਿਆਦਾ ਮਹਿਣੇ ਮਹਿਣੇ ਸੁਣਨੇ ਪੈਂਦੇ ਹੋਣੇ ਨੇ ਤੇ ਮਾਸੀ 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 ਮੁੰਡੇ ਨੂੰ ਸੁਖਣਾ ਵੀ ਸੁਖਣਾ ਸੁਖਦੀ ਰਹੀ ਕਹਿੰਦੀ ਮੁੰਡਾ ਜਮ ਜੇ ਮੁੰਡਾ ਜਮ ਜੇ ਮੰਨਤਾ ਮੰਗਦੀ ਰਹੀ ਤੇ ਤੀਜੀ ਕੁੜੀ ਉਸਨੇ ਫਿਰ ਕੀ ਹੋਇਆ ਮੁੰਡਾ ਜਮ ਪਿਆ ਤੇ ਇਹ ਕਹਿੰਦਾ ਵੀ ਇਹ ਕਹਿੰਦੇ ਨੇ ਵੀ ਜਿਹੜਾ ਵੇ ਇਹ ਕਹਾਣੀਕਾਰ ਨੂੰ ਮਾਸੀ ਜੀ ਦੇ ਘਰ ਜਾਣਾ ਬਹੁਤ ਚੰਗਾ ਮਾਸੀ ਮਾਸਟਰ ਦੇ ਘਰ ਜਾਣਾ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਇਹਦੀ ਤੀਜੀ ਜਿਹੜੀ ਕੁੜੀ ਹੈ ਉਹ ਹਾਣ ਦੀ ਸੀ ਹਾਣ ਦੀ ਸੀ ਉਹ ਨਾਲ ਖੇਡਦਾ ਖੂਡਦਾ ਹੁੰਦਾ ਸੀ ਐ ਵੀ ਮਤਲਬ ਹਾਣ ਦੀ ਤੁਸੀਂ ਸਮਝ ਸਕਦੇ ਹੋ ਕਿ ਮਤਲਬ ਜਿਵੇਂ ਏਜ ਮੁੰਡੇ ਦੀ ਸੀ 5 ਸਾਲ ਤੇ ਉਹ ਵੀ ਕੁੜੀ ਦੀ ਏਜ 5 ਸਾਲ ਦੀ ਸੀ ਤੇ ਇਹਦੇ ਵਿੱਚ ਮਤਲਬ ਬਹੁਤ ਅੱਛੀ ਕਹਾਣੀ ਹੈ ਤੇ ਹੁਣ ਅੱਗੇ ਅਸੀਂ ਦੇਖਾਂਗੇ ਕੀ ਫਿਰ ਮਾਸੀ ਦੇ ਘਰ ਪੁੱਤਰ ਦਾ ਜਨਮ ਹੋਇਆ ਫਿਰ ਪੁੱਤਰ ਦਾ ਜਨਮ ਹੋਇਆ ਦੇਸ਼ ਦੀ ਫਿਰ ਇੰਨੇ ਵਿੱਚ ਵੰਡ ਹੋ ਗਈ ਛੇਤੀ ਦੇਸ਼ ਦੀ ਵੰਡ ਹੋ ਗਈ ਦੱਸੋ ਤੇ ਫੜਾਤ ਫੜੀ ਮੱਚ ਗਈ ਸਾਰੇ ਪਾਸੇ ਧਰਤੀ ਤਾਂ ਮਾਂ ਹੈ ਇਹ ਕਹਿੰਦਾ ਹੁੰਦਾ ਸੀ ਜਿਹੜਾ ਵੀ ਕੋਣ ਦੇਸ਼ ਰਾਜ ਸਿੰਘ ਕਹਿੰਦਾ ਧਰਤੀ ਤਾਂ ਮਾਂ ਹੈ ਵੀ ਆ ਕਿੱਦਾਂ ਬਦਲੀ ਜਾ ਸਕਦੀ ਹੈ ਤੇ ਫਿਰ ਕਹਿੰਦਾ ਆਜ਼ਾਦੀ ਨਹੀਂ ਸੀ ਮੰਗੀ ਵੀ ਐਸੇ ਐਸੇ ਪੱਲਾ ਦੇ ਲਈ ਸੀ ਆਜ਼ਾਦੀ ਮੰਗੀ ਸੀ ਵੀ ਇਹਨੇ ਕੁਰਬਾਨੀਆਂ ਇੰਨੀਆਂ ਐਸੇ ਲਈ ਦਿੱਤੀਆਂ ਸੀ ਪਰ ਉਹਨਾਂ ਦੀ ਗੱਲ ਮਤਲਬ ਕੌਣ ਸੁਣਦਾ ਫਿਰ ਕੌਣ ਸੁਣਦਾ ਸੀ ਤੇ ਕਿੰਨੇ ਸੁਣਣੀ ਸੀ ਗੱਲ ਕਿਉਂਕਿ ਦੇਸ਼ ਦੀ ਵੰਡ ਹੋ ਰਹੀ ਸੀ ਉਸ ਵਾਲੇ ਤੇ ਫਿਰ ਜਿਹੜਾ ਗਵਾਂਡੀ ਪਠਾਨ ਐ ਉਹਦੀ ਦੁਕਾਨ ਵਿੱਚ ਛੁੱਪ ਕੇ ਬੈਠ ਗਏ ਸਾਰੇ ਕਿ ਹੁਣ ਦੇਸ਼ ਦੀ ਵੰਡ ਹੋ ਰਹੀ ਹੈ ਤੇ ਅਸੀਂ ਦੁਕਾਨ ਦੇ ਵਿੱਚ ਉਹਨਾਂ ਨੇ ਮੁਸਲਮਾਨ ਬੰਦਾ ਸੀ ਗਵਾਂਡੀ ਪਠਾਨ ਤੇ ਉਹਨੇ ਆਪਣੀ ਦੁਕਾਨ ਚ ਨੂੰ ਲੁਕਾ ਲਿਆ ਵੀ ਤੁਹਾਨੂੰ ਮੁਸਲਮਾਨ ਕੁਝ ਕਰਨਾ ਦੇਣ ਤੁਹਾਨੂੰ ਮਾਰਨਾ ਦੇਣ ਤੇ ਉਹ ਛੁੱਪਦੇ ਛੁਪਾਂਦੇ ਮਤਲਬ ਤੇ ਫਿਰ ਉਸ ਫਿਰ ਕਹਿੰਦੇ ਨੇ ਵੀ ਅੱਧੀ ਰਾਤ ਨੂੰ ਕਹਿੰਦੇ ਨੇ ਵੀ ਚਲੇ ਬੇਅਥ ਦੀ ਚਲਾ ਜਾ ਵੀ ਜੋ ਕੁਝ ਚੁੱਕ ਸਕਦਾ ਚੁੱਕ ਲੈ ਤੇ ਉਹਨੇ ਫਿਰ ਕੀ ਕੀਤਾ ਵੀ ਆਫ ਫਰੰਟੀਅਲ ਮੇਲ ਆ ਰਹੀ ਹੈ ਫਰੰਟੀਅਲ ਮੇਲ 2 ਘੰਟੇ ਪਈ ਹੋਈ ਨੇ ਫਰੰਟੀਅਲ ਮੇਲ ਨੂੰ ਤੇ ਉਹ ਉਸ ਨੂੰ ਸਟੇਸ਼ਨ ਉੱਤੇ ਛੱਡ ਦੇਗਾ ਤੇ ਫਿਰ ਕੀ ਕਹਿੰਦੇ ਨੇ ਗਹਿਣਿਆਂ ਦੀ ਪੋਟਲੀ ਭਰ ਲਈ ਜਿਹੜੀ ਉਹਨਾਂ ਦੀ ਹੋਵੇ ਕੀ ਨਾਮ ਸੀ ਚਾਚ ਮਾਸੀ ਏ ਸੋਰੀ ਹਾਂ ਮਾਸੜ ਮਾਸੀ ਮਾਸੀ ਨੇ ਗਹਿਣਿਆ ਦੀ ਪੋਟਲੀ ਫਟਾਫਟ ਆਪਣੇ ਢਿੱਡ ਨਾਲ ਬੰਨ ਲਈ ਤੇ ਨਵੇਂ ਬੱਚੇ ਨੂੰ ਜਨਮ ਵੀ ਦੇਣ ਵਾਲੀ ਸੀ ਉਹ ਵਿਚਾਰੀ ਇੱਕ ਬੱਚੇ ਤਾਂ ਜੰਮ ਗਿਆ ਸੀ ਇੱਕ ਮੁੰਡਾ ਜੰਮ ਗਿਆ ਸੀ ਹੁਣ ਦੂਜੇ ਮੁੰਡੇ ਨੂੰ ਵੀ ਜਨਮ ਦੇਣ ਵਾਲੀ ਸੀ ਤੇ ਆਪਣਾ ਉੱਥੋਂ ਦੀ ਫਟਾਫਟ ਖਿਸਕਦੇ ਬਣੇ ਉੱਥੋਂ ਦੀ ਫਟਾਫਟ ਹੈ ਚਲਦੇ ਬਣੇ ਤੇ ਹੁਣ ਅਸੀਂ ਅੱਗੇ ਦੇਖਾਂਗੇ ਤੇ ਮਸੜ ਤੇ ਗਹਿਣੇ ਗੁਣੇ ਸਭ ਲੈ ਕੇ ਉਥੋਂ ਦੀ ਨਿਕਲਦੇ ਬਣੇ ਫਿਰਦੇਸ਼ ਰਾਜ ਕਹਿੰਦਾ ਸੀ ਮਤਲਬ ਗਵਾਚਿਕ ਫੇਰਾ ਕਹਿੰਦੇ ਨੇ ਗੁਆ ਗੁਜਰਾ ਵਾਲੇ ਕੈਂਪ ਵਿੱਚ ਫੇਰਾ ਨੇ ਪਹੁੰਚ ਗਏ ਤੇ ਫਿਰ ਉਹ ਦੂਜੇ ਪੁੱਤਰ ਨੂੰ ਜਨਮ ਦਿੱਤਾ ਫਿਰ ਮਿਲਟਰੀ ਟਰੱਕਾਂ ਦੇ ਵਿੱਚ ਬੈਠ ਬੈਠ ਕੇ ਆ ਫਿਰ ਲੰਗਰ ਦੀ ਰੋਟੀ ਨਹੀਂ ਸੀ ਖਾਂਦਾ ਹੁੰਦਾ ਕਹਿੰਦਾ ਭਈਆ ਦਾਨ ਮੈਂ ਕਦੇ ਨਹੀਂ ਲੈਂਦਾ ਵੀ ਅਸੀਂ ਆਪਣੇ ਹੱਥਾਂ ਦੀ ਕਿਰਤ ਵਾਲੀ ਕਮਾਈ ਅਸੀਂ ਖਾਂਦੇ ਹੁੰਦੇ ਆ ਤੇ ਕਹਿੰਦਾ ਵੀ ਅਸੀਂ ਘਰ ਮੁਰਾਂਗੇ ਘਰ ਮੁਰਾਂਗੇ ਕੋਣ ਦੇਸ਼ ਰਾਜ ਸਿੰਘ ਜਦ ਕੀ ਵੀ ਉਹ ਕਹਿੰਦਾ ਸੀ ਵੀ ਜ਼ਮੀਨਾਂ ਜਿਹੜੀਆਂ ਨੇ ਉਹੀ ਵੰਡੀਆਂ ਹੋਈਆਂ ਨੇ ਬਈ ਦਿਲ ਥੋੜਾ ਨਾ ਵੰਡੇ ਹੋਏ ਨੇ ਵੀ ਅਸੀਂ ਘਰ ਮੁਰਾਂਗੇ ਘਰ ਮੁਰਾਂਗੇ ਪਰ ਹੁਣ ਤੁਹਾਨੂੰ ਪਤਾ ਹੀ ਹੈ ਕਿ ਇੱਕ ਵਾਰ ਵੰਡ ਪੈ ਗਈ ਸੀ ਤੇ ਫਿਰ ਉਸ ਤੋਂ ਬਾਅਦ ਕਦੇ ਕੋਈ ਘਰ ਮੁਰਿਆ ਹੀ ਨਹੀਂ ਸੀ ਤੇ ਕਹਿੰਦਾ ਸਰਕਾਰਾਂ ਹਮ ਤੇ ਬਦਲਦੀਆਂ ਰਹਿੰਦੀਆਂ ਨੇ ਵੀ ਅਸੀਂ ਤਾਂ ਘਰ ਘਰ ਮੁਰਾਂਗੇ ਤੇ ਦੇਸ਼ ਰਾਜ ਸਿੰਘ ਨਾ ਪਰਤ ਸਕੇ ਵੀ ਫਿਰ ਵਿਚਾਰਾ ਪਰਤ ਹੀ ਨਹੀਂ ਸਕਿਆ ਹੈ ਤੇ ਬੀਏ ਹਾਂ ਫਿਰ ਇਹ ਬਈ ਹੈ ਪਰਤ ਨਹੀਂ ਸੀ ਸਕਿਆ ਔਰ ਗਹਿਣਿਆਂ ਦੀ ਪੋਟਲੀ ਜਿਹੜੀ ਏ ਹਲਕੀ ਹੁੰਦੀ ਗਈ ਗਹਿਣੇ ਦੀ ਪੋਟਲੀ ਵੀ ਹਲਕੀ ਹੁੰਦੀ ਗਈ ਤੇ ਮਤਲਬ ਸਮਝ ਸਕਦੇ ਹੋ ਰੋਟੀ ਦੇ ਲਾਲੇ ਪੈ ਗਏ ਰੋਟੀ ਇਹਨਾਂ ਨੂੰ ਖੁਦ ਖਾਣੀ ਪਈ ਤੇ ਗਹਿਣਿਆਂ ਦੀ ਪੋਟਲੀ ਹਲਕੀ ਹੁੰਦੀ ਗਈ ਤੇ ਕੰਮ ਧੰਦਾ ਵੀ ਨਹੀਂ ਇੰਨਾ ਨਹੀਂ ਸੀ ਚੱਲ ਰਿਹਾ ਫਿਰ ਦਿਲ ਟਿਕ ਵੀ ਨਹੀਂ ਸੀ ਰਿਹਾ ਇੱਥੇ ਉੱਪਰ ਉੱਪਰ ਲੱਗਦਾ ਉੱਪਰ ਉੱਪਰ ਜੇ ਲੱਗਦਾ ਸੀ ਫਿਰ ਕੀ ਫਿਰ ਡੇਰਾ ਦੂਣ ਆ ਗਏ ਥੋੜਾ ਪਰਚਿਆ ਫਿਰ ਉੱਥੇ ਥੋੜਾ ਦਿਲ ਥੋੜਾ ਜਿੰਨਾ ਪਰਚੇ ਆ ਮਿੱਠਾ ਵੀ ਉਹਨਾਂ ਦਾ ਉੱਥੇ ਪਾਣੀ ਮਿੱਠਾ ਲੱਗਿਆ ਫਿਰ ਕਾਰੋਬਾਰ ਵੀ ਚੱਲ ਪਿਆ ਫਿਰ ਕੁੜੀਆਂ ਵੀ ਜਵਾਨ ਹੋ ਗਈਆਂ ਫਿਰ ਵਿਆਹ ਵੀ ਹੋ ਵੀ ਦਿੱਤੇ ਫਿਰ ਇਹਨਾਂ ਦਾ ਪਹਿਲਾ ਮੁੰਡਾ ਜਿਹੜਾ ਸੀ ਉਹਨੇ ਬੀਏ ਕਰ ਲਈਤੀ ਬੀਏ ਕਰਕੇ ਉਹਨੂੰ ਕਿਹਾ ਵੀ ਤੂੰ ਚੱਲ ਬੀਏ ਦੁਕਾਨ ਤੇ ਬਹਿ ਜਾਏਗਾ ਤੇ ਹੁਣ ਅਸੀਂ ਕੀ ਕਰਾਂਗੇ ਆਪਣਾ ਗੁਰਦੁਆਰੇ ਗੁਰਦੁਆਰੇ ਦੇ ਬਲੇ ਪਾਸੇ ਹੁਣ ਮੂੰਹ ਕਰਦੇ ਆ ਵੀ ਬੁੱਢੇ ਹੋ ਚੁੱਕੇ ਆ ਹੁਣ ਅਸੀਂ ਵੀ ਰੱਬ ਦੇ ਬਲੇ ਪਾਸੇ ਮੂੰਹ ਕਰਨੇ ਆ ਜਿਹੜਾ ਕਿ ਦੇਸ਼ ਰਾਜ ਸਿੰਘ ਤੇ ਮਾਸਟਰ ਜੀ ਤੇ ਮਸੀ ਜੀ ਵੀ ਅਸੀਂ ਗੁਰਦੁਆਰਿਆਂ ਵਾਲੇ ਪਾਸੇ ਮੂੰਹ ਕਰਨੇ ਆ ਹੁਣ ਤੇ ਗੁਜ਼ਾਰਾ ਵੀ ਆ ਖੁਦ ਕਰਦਾ ਰਹੇਗਾ ਤੇ ਉਹਨ ਕੀ ਕੀਤਾ ਉਹਨੇ ਤੇ ਸਿੱਧਾ ਹੀ ਗੁਜ਼ਾਰਾ ਤੇ ਉਹ ਵਿਟਰ ਗਿਆ ਸਿੱਧਾ ਹੀ ਵਿਟਰ ਗਿਆ ਤੇ ਉਹ ਕਹਿੰਦਾ ਵੀ ਮੈਨੂੰ ਤੇ ਸ਼ਰਮ ਆਂਦੀ ਹੈ ਤੇ ਉਹ ਨੌਕਰੀ ਕਰਨ ਲੱਗ ਪਿਆ ਨੌਕਰੀ ਕਰਨ ਲੱਗ ਪਿਆ ਤੇ ਨੌਕਰ ਜਿੰਨੀ ਤਨਖਾਹ ਲੈਂਦਾ ਸੀ ਜਿੰਨੀ ਕੀ ਮਤਲਬ ਦੁਕਾਨਦਾਰ ਜਦੋਂ ਦੇਸ਼ ਰਾਜ ਦੂਤ ਸਿੰਘ ਦੁਕਾਨਦਾਰ ਸੀ ਤੇ ਉਹ ਆਪਣੇ ਨੌਕਰਾਂ ਨੂੰ ਜਿੰਨੀ ਤਨਖਾਹ ਦਿੰਦਾ ਸੀ ਉੰਨੀ ਮਤਲਬ ਤਨਖਾਹ ਆ ਐਲਨ ਦਾ ਸੀ ਪਹਿਲਾਂ ਉਹਦਾ ਮੁੰਡਾ ਜਿਹਨੇ ਬੀਏ ਕੀਤੀ ਹੋਈ ਸੀ ਵੀ ਦੇਖੋ ਕਿੰਨਾ ਪਾਗਲ ਹੈ ਕਿ ਆਪਣੀ ਦੁਕਾਨ ਛੱਡ ਕੇ ਵੀ ਐਵੇਂ ਦੇ ਕੰਮ ਕਰ ਰਿਹਾ ਹੈ ਤੇ ਫਿਰ ਨੌਕਰ ਜਿੰਨੀ ਤਨਖਾਹ ਲੈਂਦਾ ਸੀ ਨਹੀਂ ਕਰਾ ਸਕੇ ਤੇ ਫਿਰ ਕਹਿੰਦਾ ਜ਼ਬਰਦਸਤੀ ਕੋਈ ਕੰਮ ਨਹੀਂ ਸੀ ਕਰਾ ਸਕਦੇ ਫਿਰ ਕਹਿੰਦਾ ਆਪੇ ਤੰਗ ਹੋਏਗਾ ਤੇ ਉਹਦੀ ਜਿਹੜੀ ਮਾਂ ਹੈ ਜਿਹੜੀ ਮਾਸੀ ਕਹਿੰਦੀ ਹੈ ਮਤਲਬ ਮੁੰਡੇ ਦੀ ਮਾਂ ਜਨੇ ਬੀਏ ਕੀਤੀ ਏ ਤੇ ਉਹ ਕਹਿੰਦੇ ਵੀ ਆਪੇ ਤੰਗ ਹੋਏਗਾ ਫਿਰ ਜੇਕਰ ਆਪਣੀ ਮਰਜ਼ੀ ਕਰਦਾ ਹੈ ਤੇ ਆਪੇ ਤੰਗ ਹੋਏਗਾ ਭਾਈ ਤੇ ਫਿਰ ਹੁਣ ਅਸੀਂ ਅੱਗੇ ਚੱਲਦੇ ਆਂ ਤੇ ਫਿਰ ਕੀਰਤ ਕੀਰਤ ਜਿਹੜਾ ਹੁਣ ਮੁੰਡੇ ਦੇ ਨਾਮ ਵੀ ਤੁਸੀਂ ਦੇਖ ਲਓ ਪਹਿਲੇ ਮੁੰਡੇ ਦਾ ਨਾਮ ਹੈ ਕੀਰਤ ਦੂਜੇ ਮੁੰਡੇ ਦਾ ਨਾਮ ਹੈ ਰਵੀ ਰਵੀ ਨੇ ਐਵੇਂ ਕਿੰਤੀ ਕੀਰਤ ਨੇ ਬੀਏ ਕੀਤੀ ਹੋਈ ਏ ਬੀਏ ਕਰਕੇ ਫਿਰ ਉਹ ਫਿਰ ਕੀਤਕ ਕੀਰਤ ਦਾ ਵਿਆਹ ਕਰ ਦਿੱਤਾ ਗਿਆ ਕੀਰਤ ਦਾ ਵਿਆਹ ਕਰਤਾ ਗਿਆ ਸੋਨਾ ਵੋਟੀ ਨੂੰ ਦੇ ਦਿੱਤਾ ਉਹਨੇ ਫਿਰ ਜਿੰਨਾ ਸਾਰਾ ਸੋਨਾ ਸੀ ਮਾਸੀ ਨੇ ਸਾਰਾ ਵੋਟੀ ਨੂੰ ਦੇ ਦਿੱਤਾ ਤੇ ਕੀ ਹੋਇਆ ਗੁੰਦੀ ਉਹਨੇ ਤੇ ਅਗਲੇ ਦਿਨ ਹੀ ਮਤਲਬ ਆਪਣੇ ਕੁਝ ਦਿਨਾਂ ਬਾਅਦ ਹੀ ਤੇਵਰ ਦਿਖਾਣੇ ਸ਼ੁਰੂ ਕਰ ਦਿੱਤੇ ਕਹਿੰਦੇ ਮੈਂ ਤੇ ਵੱਖ ਹੋਣਾ ਹੈ ਮੈਂ ਤੇ ਵੱਖ ਹੋਣਾ ਹੈ ਵੱਖ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਮੈਂ ਮਤਲਬ ਵਿੱਚ ਨਹੀਂ ਰਹਿਣਾ ਮੈਂ ਅਲੱਗ ਤੋਂ ਮਤਲਬ ਕਮਰਾ ਲੈ ਕੇ ਮੈਂ ਉੱਥੇ ਰਹਿਣਾ ਮੈਂ ਇਹਨਾਂ ਦੇ ਨਾਲ ਬੁੱਢਾ ਬੁੱਢੀ ਨਾਲ ਨਹੀਂ ਰਹਿ ਸਕਦੀ ਵਿਚਾਰਿਆਂ ਵੀ ਉਹ ਵਿਚਾਰਾ ਤਾਂ ਹੁਣ ਕੌਣ ਹੈ ਤੁਸੀਂ ਖੁਦ ਸੋਚ ਸਕਦੇ ਹੋ ਤੇ ਬਥੇਰੀ ਰੋਈ ਕੁਰਲਾਈ ਉਹਦੀ ਮਾਂ ਵੀ ਮਮਤਾ ਦੇ ਅੱਗੇ ਕੋਈ ਅਸਰ ਨਹੀਂ ਹੋਇਆ ਪਰ ਫਿਰ ਉਹਨੂੰ ਜਾਣੀ ਪਿਆ ਫਿਰ ਛੋਟਾ ਮੁੰਡਾ ਰਵੀ ਰਵੀ ਨੇ ਫਿਰ ਐਮਏ ਕੀਤੀ ਹੋਈ ਸੀ ਪਾਸ ਤੇ ਫਿਰ ਉਹਨੂੰ ਕਿਹਾ ਵੀ ਦੁਕਾਨ ਉੱਤੇ ਬੈਠ ਗਿਆ ਉਹ ਤੇ ਚੱਲ ਦੁਕਾਨ ਤੇ ਬੈਠ ਗਿਆ ਉਹਨੇ ਕੋਈ ਸ਼ਰਮ ਹਿਆ ਨਹੀਂ ਕੀਤੀ ਤੇ ਉਹਨੇ ਵਿਆਹ ਤੋਂ ਮਗਰੋਂ ਕੀ ਕੀਤਾ ਰੁੱਝ ਗਈ ਤੇ ਫਿਰ ਮਾਂ ਮਤਲਬ ਵਿਚਾਰੀ ਜਿਹੜੀ ਮਾਸੀ ਹੈ ਵਿਆਹ ਤੋਂ ਮਗਰੋਂ ਰੁੱਝ ਗਈ ਕੰਮਕੁਮ ਕਰਨ ਲੱਗ ਪਈ ਫਿਰ ਕਹਿੰਦੀ ਚੱਲ ਮਰਨ ਤੇ ਪਰਾਂ ਵੀ ਪਹਿਲੇ ਮੁੰਡੇ ਨੂੰ ਵੀ ਜਿੱਥੇ ਜਾਂਦਾ ਜਾਵੇ ਫਿਰ ਅਖਰ ਨੇ ਅੱਖਰ ਨੂੰ ਘਟ ਗਿਆ ਫਿਰ ਕੀ ਹੋਇਆ ਮਤਲਬ ਮੁੰਡੀ ਜਿਹੜੀ ਚਿੰਤਾ ਹੁੰਦੀ ਸੀ ਉਹ ਚਿੰਤਾ ਵੀ ਘਟ ਗਈ ਵੀ ਚੱਲ ਜਿੱਥੇ ਜਾਂਦਾ ਜਾਵੇ ਤੇ ਜ਼ਬਾਨ ਕੈਂਚੀ ਵਾਂਗ ਚਲਾਉਂਦੀ ਸ਼ੁਰੂ ਕਰ ਦਿੱਤੀ ਜਿਹੜੀ ਪਹਿਲੀ ਜਿਹੜੀ ਇਹ ਬੀਵੀ ਜਿਹੜੀ ਆਈ ਹੁੰਦੀ ਰਵੀ ਦੀ ਜਿਹੜੀ ਬੀਵੀ ਆਈ ਦੂਜੀ ਦੀ ਦੂਜੇ ਮੁੰਡੇ ਦੀ ਬੀਵੀ ਆਈ ਉਹਨੇ ਜ਼ਬਾਨ ਜਿਹੜੀ ਇਹ ਕੈਂਚੀ ਦੇ ਵਾਂਗੂ ਚਲਾਣੀ ਸ਼ੁਰੂ ਕਰ ਦਿੱਤੀ ਤੇ ਫੇਰ ਕਿ ਹੋਇਆ ਪੜ੍ਹੀ ਲਿਖੀ ਸੀ ਤੇ ਉਹ ਕਹਿੰਦੀ ਵੀ ਮੈਂ ਕਿਉਂ ਤੁਹਾਡਾ ਬੁੱਢਾ ਬੁੱਢੀ ਦਾ ਕੰਮ ਕਰਾਂ ਤੇ ਮੈਂ ਨੁਕਰਾਨੀ ਥੋੜੀ ਨਾ ਗਈਆਂ ਇਸ ਘਰ ਦੀ ਵੀ ਪੂਰੇ ਟੱਬਰੂ ਦੀ ਰੋਟੀਆਂ ਬਣਾਵਾ ਤੇ ਤੁਹਾਡੀ ਜਿਹੜੀ ਮਤਲਬ ਧੀਆਂ ਨੇ ਪੰਜ ਤੇ ਉਹ ਵੀ ਘਰ ਚ ਆ ਜਾਂਦੀਆਂ ਨੇ ਕਈ ਕੀ ਮਾਰ ਮਤਲਬ ਮਿਲਣ ਤੇ ਮੈਂ ਉਹਨਾਂ ਦੀ ਵੀ ਰੋਟੀਆਂ ਬਣਾਵਾ ਵੀ ਮੈਂ ਵੀ ਵੱਖ ਹੋਣਾ ਚਾਹੁੰਦੀ ਆ ਮੈਨੂੰ ਵੀ ਵਖਰਾ ਕਰ ਦਿਓ ਮੈਨੂੰ ਵੀ ਹਿੱਸਾ ਦੇ ਦਿਓ ਉਹ ਕਹਿੰਦੀ ਮੈਨੂੰ ਹਿੱਸਾ ਦੇ ਦਿਓ ਤੇ ਕਲੇਸ਼ ਪਾਣ ਲੱਗ ਪਈ ਵੰਡ ਦੀ ਕਲੇਸ਼ ਪਈ ਉਹ ਜਿੰਦੇ ਹਨ ਤੇ ਉਹ ਕਹਿੰਦਾ ਉਹਦਾ ਜਿਹੜਾ ਮਤਲਬ ਪਿਓ ਸੀ ਉਹ ਕੀ ਨਾਮ ਸੀ ਉਹ ਦੇਸ਼ ਰਾਜ ਸਿੰਘ ਉਹ ਕਹਿੰਦਾ ਅਸੀਂ ਜਿੰਦੇ ਹਾਂ ਤਦ ਤੱਕ ਵਟਵਾਰਾ ਨਹੀਂ ਹੋ ਸਕਦਾ ਐਸੇ ਘਰ ਦਾ ਤੇ ਮੈਂ ਕੋਈ ਵੀ ਵੰਡਾਂ ਹਲੇ ਤੱਕ ਮੈਂ ਨਹੀਂ ਪਾਣੀਆ ਵੀ ਤੁਸੀਂ ਜੋ ਕਰਨਾ ਕਰ ਲੋ ਤੇ ਧੀਆ ਨੇ ਘਰ ਆਉਣਾ ਹੀ ਹੁੰਦਾ ਉਹ ਕਹਿੰਦੀ ਮਾਂ ਜਿਹੜੀ ਕਹਿੰਦੀ ਮਾਸੇ ਜਿਹੜੀ ਹੁੰਦੀ ਉਹ ਕਹਿੰਦੀ ਧੀਆ ਨੇ ਤਾਂ ਘਰ ਆਣਾ ਹੀ ਹੁੰਦਾ ਬਈ ਆਪਣੇ ਮੁੰਡੇ ਨੂੰ ਕਹਿੰਦੀ ਏ ਤੇ ਬਈ ਵੀ ਖੁਸ਼ੀ ਰਾਜੀ ਖੁਸ਼ੀ ਰਹਿਣ ਬਿਸਾਰੇ ਤੇ ਐ ਸੁਣ ਕੇ ਛੋਟੀ ਨੂੰ ਨੇ ਕਿਹਾ ਹੁਣ ਅੱਗੇ ਅਸੀਂ ਦੇਖਦੇ ਹਾਂ ਐ ਸੁਣ ਕੇ ਛੋਟੀ ਨੂੰ ਨੇ ਕਿਹਾ ਬਈ ਦੁਕਾਨ ਜਿਹੜੀ ਇਹ ਦੁਕਾਨ ਤੇ ਘਰ ਸਾਰਾ ਮਤਲਬ ਅਸੀਂ ਦੁਕਾਨ ਤੇ ਘਰ ਜਿੰਨਾ ਹੈ ਉਹ ਅਸੀਂ ਸੰਭਿਆ ਆਇਆ ਹੈ ਵੀ ਉਹ ਸਾਰਾ ਛੋਟੇ ਮੁੰਡੇ ਦੇ ਨਾਂ ਆਇਆ ਦੁਕਾਨ ਵੀ ਤੇ ਘਰ ਵੀ ਤੇ ਉਹ ਗਲਤ ਪੇਪਰਾਂ ਉੱਤੇ ਉਹਨੇ ਮਤਲਬ ਅੰਗਰੇਜ਼ੀ ਨਹੀਂ ਆਂਦੀ ਨਹੀਂ ਸੀ ਹੁੰਦੀ ਤੇ ਗਲਤ ਵੀ ਪੱਥਰ ਦੇ ਬੁੱਤ ਬਣ ਗਏ ਵੀ ਦੋਨੋਂ ਪੱਥਰ ਦੇ ਬੁੱਤ ਬਣ ਗਏ ਕਹਿੰਦੇ ਹੈਂ ਇਹ ਕਿਵੇਂ ਤੇ ਉਹਨੇ ਧੋਖੇ ਦੇ ਨਾਲ ਜਿਹੜਾ ਛੋਟਾ ਮੁੰਡਾ ਹੈ ਉਹਨੇ ਇਹ ਕੀਤਾ ਸੀ ਧੋਖੇ ਦੇ ਨਾਲ ਕਾਗਜ਼ਾਂ ਉੱਤੇ ਸਾਈਨ ਕਰਾ ਲਏ ਸੀ ਦਸਤਖਤ ਖਤ ਕਰਾ ਲਏ ਸਨ ਤੇ ਫਿਰ ਕਹਿੰਦੇ ਨੇ ਵੀ ਬੇਕਾਰ ਹੋ ਹੁਣ ਉਹ ਕਹਿੰਦੇ ਨੇ ਪਹਿਲੀ ਵੀ ਅਸੀਂ ਮਤਲਬ ਬੇਕਾਰ ਹੋਏ ਸੀ ਹੁਣ ਵੀ ਅਸੀਂ ਬੇਕਾਰ ਹੁੰਦੇ ਹੋਏ ਨਿਥਾਵੇ ਵੀ ਹੁੰਦੇ ਹੋਏ ਹੁਣ ਸਾਨੂੰ ਦੇਖ ਰਹੇ ਆ ਵੀ ਅਸੀਂ ਬੇਕਾਰ ਇੱਥੋਂ ਵੀ ਹੋ ਜਾਣਾ ਤੇ ਫਿਰ ਉਹ ਹੁਣ ਨਾ ਕੀਤੇ ਜਾ ਸਕਦੇ ਵੀ ਉਹਨਾਂ ਕੁਝ ਨਹੀਂ ਸੀ ਕਰ ਸਕਦੇ ਫਿਰ ਕਰਨਗੇ ਵੀ ਕੀ ਤੇ ਸਰੀਰ ਵਿੱਚ ਤਾਕਤ ਵੀ ਨਹੀਂ ਸੀ ਉਹਨਾਂ ਵਿਚਾਰਿਆਂ ਦੇ ਉਹ ਕਹਿੰਦੇ ਹੁਣ ਅੱਥੀ ਰਹਿ ਲੋ ਚਲੋ ਰਵਿਨ ਦੇਸ਼ ਰਾਜ ਸਿੰਘ ਨੂੰ ਕਿਹਾ ਕਿ ਉਹ ਦੁਕਾਨ ਤੇ ਨਾ ਆਇਆ ਕਰੇ ਕਿਉਂਕਿ ਉਹ ਗੱਕਾਂ ਨਾਲ ਖੇਪੜਦੇ ਨੇ ਖੇਪੜਦੇ ਦਾ ਮਤਲਬ ਹੁੰਦਾ ਲੜਦੇ ਨੇ ਵੀ ਉਹ ਗੱਕਾਂ ਦੇ ਨਾਲ ਲੜਦੇ ਨੇ ਵੀ ਝੱਜਦਾ ਸ਼ਰਮ ਆਉਂਦੀ ਏ ਤੇ ਉਹਨੂੰ ਸ਼ਰਮ ਆਉਂਦੀ ਹੈ ਚਾਹਤ ਕਿ ਦੁਕਾਨ ਦੇਖੋ ਮਤਲਬ ਬਾਬਾ ਜੀ ਦੀ ਹੈ ਦੇਸ਼ ਰਾਜ ਸਿੰਘ ਦੀ ਤੇ ਉਹਦੀ ਉਹਦਾ ਮੁੰਡਾ ਦੇਖੋ ਉਹਦੇ ਨਾਲ ਕੀ ਕਰ ਰਿਹਾ ਵੀ ਤੁਸੀਂ ਖੁਦ ਦੇਖ ਸਕਣੇ ਹੋ ਤੇ ਜੇਬ ਖਰਚ ਵੀ ਲੈ ਲਿਆ ਕਰਨ ਤੇ ਕਹਿੰਦਾ ਵੀ ਜੇਬ ਖਰਚ ਵੀ ਲੈ ਲਿਆ ਕਰਨ ਤੇ 200 ਰੁਪਏ ਰੋਜ਼ ਉਹਨੂੰ ਮਤਲਬ ਦੇ ਦਿੰਦੇ ਨੇ 200 ਰੁਪਏ ਦੇ ਦਿੰਦੇ ਨੇ ਉਹਨੂੰ ਭਗਾ ਕੇ ਤੇ ਉਹਨੇ ਜਿਹੜੇ ਨੇ ਭਗਾ ਕੇ ਮਾਰੇ ਜਿਹੜਾ ਦੇਸ਼ ਰਾਜਿੰਦ ਦਾ ਪਿਓ ਨੇ 200 ਰੁਪਏ ਉਹਨੇ ਜਦੋਂ ਦਿੱਤੇ ਨਾ ਉਹ ਕਹਿੰਦਾ ਵੀ ਤੁਸੀਂ ਜੇਬ ਖਰਚਾ ਲੈ ਲਿਆ ਕਰੋ ਤੇ ਉਹਨੇ ਜੇਬ ਖਰਚਾ ਜਦੋਂ ਉਹਨੇ ਦਿੱਤਾ ਨਾ ਤੇ ਉਹਨੇ ਚੱਕ ਕੇ ਮਾਰੇ ਪਰੇ ਵੀ ਹਟપરા ਵੀ ਮੈਂ ਨਹੀਂ ਮੇਰੀ ਦੁਕਾਨ ਤੇ ਤੂੰ ਇੰਜ ਕਰਦਾ ਮੈਂ ਮੇਰੇ ਨਾਲ ਵੀ ਮੈਨੂੰ ਤੇ ਆਣ ਦੇ ਕੰਮ ਸੇ ਕੰਮ ਮਾਸੇ ਜੀ ਦੇ ਮਨਾ ਕਰਨ ਉੱਤੇ ਵੀ ਉਹ ਦੁਕਾਨ ਉੱਤੇ ਜਾਣ ਨਾ ਹਟੇ ਮਾਸੇ ਜੀ ਕਹਿੰਦੇ ਵੀ ਚੱਲ ਯਾਰ ਕੁਛ ਨਹੀਂ ਹੁੰਦਾ ਵੀ ਜਾਣਾ ਵੀ ਨਾ ਜਾਓ ਮੁੰਡਾ ਚੱਲ ਕਹਿੰਦਾ ਵੀ ਸਾਰਾ ਕੁਝ ਨਹੀਂ ਦੇ ਨਾ ਸਾਡਾ ਤੇ ਬੁਢਾਪਾ ਰੁੱਲ ਜੇਗਾ ਤੇ ਉਹ ਕੀ ਕੀਤਾ ਅੱਗੋਂ ਦੀ ਉਹਨੇ ਉਹਨੇ ਵੀ ਚੱਕ ਕੇ ਵਗਾ ਕੇ ਮਾਰੇ ਤੇ ਉਹ ਕਹਿੰਦਾ ਉਹਨੇ ਮਾਸੀ ਜੀ ਦੀ ਵੀ ਗੱਲ ਨਾ ਮੰਨੀ ਤੇ ਉੱਥੋਂ ਵੀ ਨਾ ਹਟੇ ਤੇ ਮਰਦ ਵਾਲੇ ਕਹਿੰਦੇ ਨੇ ਮਰਦ ਜਿਹੜੇ ਹੁੰਦੇ ਨੇ ਉਹ ਵਿੱਲੇ ਨਹੀਂ ਬੰਦੇ ਉਹ ਕੰਮ ਕਰਦੇ ਨੇ ਤੇ ਉਹ ਕਹਿੰਦੇ ਵੀ ਮੈਨੂੰ ਘੂਰ ਘੂਰ ਕੇ ਪੈਂਦੇ ਨੇ ਦਰਵਾਜ਼ਾਂ ਘਰਦੇ ਆ ਤੇ ਮੱਥੇ ਨੂੰ ਵੀ ਮੇਰਾ ਮੰਨ ਕਰਦਾ ਮੈਂ ਮੱਥਾ ਪਾਣ ਲਵਾ ਤੇ ਮੈਨੂੰ ਇੰਜ ਘੂਰ ਘੂਰ ਕੇ ਪੈਂਦੀਆਂ ਨੇ ਜੱਪਦੀਆਂ ਨੇ ਦਰਵਾਜ਼ਾਂ ਤੇ ਫਿਰ ਕਹਿੰਦੇ ਉਹਨਾਂ ਨੂੰ ਯਾਦ ਆਉਂਦਾ ਸੀ ਕਿ ਕਿਸ ਤਰ੍ਹਾਂ ਇੱਕ ਦੋਸਤ ਵੀ ਤਜਵੀਜ਼ ਠੁਕਰਾ ਦਿੱਤੀ ਸੀ ਵੀ ਇੱਕ ਦੋਸਤ ਨੇ ਕਿਹਾ ਸੀ ਇਹਨੂੰ ਵੀ ਫਰੀडम फाइਟਰ ਦੀ ਪੈਨਸ਼ਨ ਲੱਲੈ ਤੇ ਉਹਦਾ ਫਾਰਮ ਭਰਦੇ ਤੇ ਇਨਕਾਰ ਕਰਤਾ ਸੀ ਐਨਿਆਂ ਕਹਿੰਦਾ ਵੀ ਹੰਨਾ ਅਸੀਂ ਤੁਹਾਡੇ ਨਾ ਲੈਣੇ ਆ ਫ੍ਰੀडम फाइਟਰਾਂ ਦੀ ਪੈਨਸ਼ਨ ਆ ਵੀ ਅਸੀਂ ਤੇ ਆਪਣੇ ਹੱਥੋਂ ਕਮਾਣ ਵਾਲੇ ਸੀ ਸੇਖਾਂ ਵੀ ਆਪਣੇ ਹੱਥੋਂ ਕਮਾਣ ਵਾਲੇ ਬੰਦੇ ਆ ਆਪਣੇ ਹੱਥੋਂ ਕਮਾਣਨੇ ਆ ਤੇ ਉਹਨੇ ਫਿਰ ਫ੍ਰੀडम फाइਟਰ ਦੀ ਪੈਨਸ਼ਨ ਲੈਣੀ ਵੀ ਮਨਾ ਕਰਤੀ ਤੇ ਖਫਾ ਸਨ ਤੇ ਕਹਿੰਦੇ ਨੂੰ ਐਈਓ ਗੱਲ ਤੋਂ ਖਫਾ ਸਨ ਤੇ ਉਹ ਕਹਿੰਦਾ ਬਿੱਲੜਨ ਤੇ ਆਜ਼ਾਦੀ ਲਈ ਲੜਨ ਵਾਲੇ ਤੇ ਮਰ ਖੱਪ ਗਏ ਨੇ ਤੇ ਹੁਣ ਅਸੀਂ ਲੀਡਰਾਂ ਨੇ ਮਤਲਬ ਕੁਰਸੀਆਂ ਹੀ ਚਾਹੀਦੀਆਂ ਨੇ ਲੀਡਰਾਂ ਨੂੰ ਤੇ ਬਸ ਕੁਰਸੀਆਂ ਚਾਹੀਦੀਆਂ ਨੇ ਪੈਸਾ ਚਾਹੀਦਾ ਹੋਰ ਕੁਛ ਨਹੀਂ ਤੇ ਪੈਨਸ਼ਨ ਲਈ ਹੁੰਦੀ ਐ ਤੇ ਫਿਰ ਕਹਿੰਦਾ ਫਿਰ ਅੱਗੇ ਲਿਖਿਆ ਆਇਆ ਵੀ ਪੈਨਸ਼ਨ ਲਈ ਹੁੰਦੀ ਤਾਂ ਮੁਥਾਜੀ ਤਾਂ ਕਰਨੀ ਪੈਂਦੀ ਐ ਇਹ ਪਤਾ ਨਹੀਂ ਕੀ ਲਿਖਿਆ ਤੇ ਫਿਰ ਰੋਕਿਆ ਪਤਾ ਨਹੀਂ ਕੀ ਕੀ ਤੇ ਹੁਣ ਇਹ ਗੁਰਦੁਆਰੇ ਤੋਂ ਹੀ ਦੁਕਾਨ ਵੱਲ ਤੁਰ ਪੈਂਦੇ ਫਿਰ ਕੀ ਕਰਦੇ ਸੀ ਵੀ ਜਦੋਂ ਗੁਰਦੁਆਰੇ ਜਾਂਦੇ ਸੀ ਦੇਸ ਰਾਜ ਜੀ ਤੇ ਉੱਥੇ ਦੀ ਦੁਕਾਨ ਵੱਲ ਤੁਰ ਪੈਂਦੇ ਸੀ ਤੇ ਦੇਸ਼ ਮਤਲਬ ਦੇਸ਼ ਰਾਜੀ ਦੀ ਦੁਕਾਨ ਵਾਲੇ ਪਾਸ ਗੁਰਦੁਆਰੇ ਜਾਂਦੇ ਸੀ ਪਹਿਲੇ ਮੱਥਾ ਮੱਤਾ ਟੇਕ ਕੇ ਫਿਰ ਉਧਰੋਂ ਦੁਕਾਨ ਵਾਲੇ ਪਾਸੇ ਮੁੜ ਜਾਂਦੇ ਸੀ ਤੇ ਅੱਗੋਂ ਦੀ ਫੇਰ ਤੇ ਸਿਰਨੇਵਾ ਕਰਕੇ ਉੱਥੋਂ ਦੀ ਅੱਗੋਂ ਦੀ ਦੁਕਾਨ ਦੇ ਅੱਗੋਂ ਲੰਘ ਜਾਂਦੇ ਸੀ ਤੇ ਉੱਥੇ ਬੋਰਡ ਬੀ ਬੋਰਡ ਘੁਰਦੇ ਰਹਿੰਦੇ ਸੀ ਇੱਕ ਪੱਥਰ ਜਿਹਦੇ ਉੱਤੇ ਥੜੇ ਦੇ ਉੱਤੇ ਬਹਿ ਕੇ ਬੋਰਡ ਆਪਣੀ ਜਿਹੜੀ ਦੁਕਾਨ ਹੁੰਦਾ ਆਪਣਾ ਨਾਮ ਲਿਖਿਆ ਹੋਣਾ ਉਹਨਾਂ ਦੀ ਦੁਕਾਨ ਦਾ ਆਪਣਾ ਹੀ ਨਾਮ ਉਹਨਾਂ ਦਾ ਲਿਖਿਆ ਹੋਣਾ ਤੇ ਉਹਦੇ ਵੱਲ ਘੁਰਦੇ ਰਹਿੰਦੇ ਜਿੰਦੇ ਉਹਨੂੰ ਆਪਣੇ ਮੁੰਡਿਆਂ ਨੂੰ ਦੇਖੋ ਬੇਦਖਲ ਕਰ ਤੇ ਕਿੱਥੇ ਧੱਕੇ ਖਾ ਰਹੇ ਨੇ ਉਹ ਤੇ ਕਿੱਥੇ ਕਿੱਥੇ ਘੁੰਮਦੇ ਰਹਿੰਦੇ ਨੇ ਤੇ ਤਿਰਕਾਲੀਆਂ ਘਰ ਪਰ ਤੇ ਇੱਕ ਦਿਨ ਕਹਾਣੀਕਾਰ ਨੂੰ ਉਹ ਬਾਜ਼ਾਰ ਦੀ ਇੱਕ ਸੜਕ ਉੱਤੇ ਡਿੱਗੇ ਪਏ ਮਿਲੇ ਤੇ ਮਤਲਬ ਇੱਧਰ ਉੱਧਰ ਘੁੰਮਦੇ ਰਹਿੰਦੇ ਸੀ ਤੇ ਫਿਰ ਉਸ ਤੋਂ ਬਾਅਦ ਆ ਕੇ ਥੜੇ ਉੱਤੇ ਬਹਿ ਜਾਂਦੇ ਸੀ ਥੋੜੀਕੇ ਦੇਰ ਫਿਰ ਘਰ ਆ ਜਾਂਦੇ ਸੀ ਸ਼ਾਮ ਨੂੰ ਵਿਚਾਰੇ ਵੀ ਕੁਝ ਦਿਨਾਂ ਤੱਕ ਇੰਜ ਚੱਲਦਾ ਰਿਹਾ ਤੇ ਇੱਕ ਦਿਨ ਐਸਾ ਆਇਆ ਵੀ ਜਿਹੜਾ ਕਹਾਣੀਕਾਰ ਹੈ ਕਹਾਣੀਕਾਰ ਹੈ ਦੇਖੋ ਤੁਹਾਨੂੰ ਸਾਹਮਣੇ ਇੱਥੇ ਨਜ਼ਰ ਆ ਰਿਹਾ ਹੋਏਗਾ ਭਾਂਜਾ ਇੱਥੇ ਥੋੜਾ ਲਿਖਿਆ ਆਇਆ ਹੈ ਥੋੜਾ ਮਿੱਟਿਆ ਜਾ ਪਿਆ ਤੇ ਇੱਥੇ ਮਤਲਬ ਭਾਂਜਾ ਲਿਖਿਆ ਆਇਆ ਤੇ ਜਿਹੜਾ ਭਾਂਜਾ ਹੈ ਬਈ ਭਾਂਜਾ ਲੱਗਿਆ ਨਾ ਕਹਾਣੀਕਾਰ ਤੇ ਉਹ ਕਹਾਣੀਕਾਰ ਨੂੰ ਇੱਕ ਦਿਨ ਡਿੱਗੇ ਪਏ ਮਿਲੇ ਤੇ ਲੋਕਾਂ ਦੀ ਭੀੜ ਨਾ ਦੇ ਆਲੇ ਦੁਆਲੇ ਜਿਹੜੀ ਘੁੰਮਦੀ ਪਈ ਸੀ ਤੇ ਫਿਰ ਲੋਕਾਂ ਦੀ ਭੀੜਾਂ ਦੇ ਵਿੱਚੋਂ ਦੀ ਫਿਰ ਕਿਸੇ ਨੇ ਮਦਦ ਨਹੀਂ ਕੀਤੀ ਤੇ ਫਿਰ ਇਹਨੇ ਮਦਦ ਕੀਤੀ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਤੇ ਫਿਰ ਉਹਨਾਂ ਦੇ ਪ੍ਰਾਣ ਪਰ ਪਖੇੜੂ ਉਰ ਚੁੱਕੇ ਸੀ ਤੇ ਉਹ ਮਰ ਚੁੱਕੇ ਸੀ ਬਈ ਉਹ ਮਰ ਚੁੱਕੇ ਸੀ ਤੇ ਉਹਨਾਂ ਦੇ ਪ੍ਰਾਣ ਜਿਹੜੇ ਨੇ ਉੱਡ ਚੁੱਕੇ ਸੀ ਤੇ ਕਹਾਣੀਕਾਰ ਸੋਚ ਰਿਹਾ ਸੀ ਕਿ ਉਸ ਦਾ ਬਾਜ਼ਾਰ ਕਿਵੇਂ ਆ ਗਏ ਤੇ ਡੇਗ ਕਿਵੇਂ ਪਈ ਕਹਾਣੀਕਾਰ ਐ ਸੋਚ ਰਿਹਾ ਵੀ ਬਾਜ਼ਾਰ ਕਿਵੇਂ ਆ ਕੇ ਯਾਰ ਉਹ ਡੇਗ ਕਿਵੇਂ ਪਈ ਤੇ ਲੋਕਾਂ ਵਿੱਚੋਂ ਕਿਸੇ ਨੇ ਕਿਹਾ ਵੀ ਵਿਚਾਰਾ ਸੜਕ ਉੱਤੇ ਰੁਲਦਾ ਹੀ ਮਰ ਗਿਆ ਦੋਹਾ ਦੋਹਾ ਵਿੱਚੋਂ ਇੱਕ ਦੀ ਵੀ ਸਰਵਣ ਪੁੱਤਰ ਨਾ ਨਿਕਲਿਆ ਇੱਕ ਨੇ ਵੀ ਸੇਵਾ ਨਾ ਕੀਤੀ ਤੇ ਘਨੇ ਟੱਬਰ ਦਾ ਭਾਰ ਹੀ ਢੂੰਦਾ ਰਿਹਾ ਵਿਚਾਰਾ ਵੀ ਉਹਨਾਂ ਜਿਹੜਾ ਵੀ ਮਤਲਬ ਦੇਸ਼ ਰਾਜ ਜੀ ਉਹਨਾਂ ਦੇ ਬਾਰੇ ਕਹਿੰਦੇ ਨੇ ਵੀ ਲੋਕੀ ਕਾਂਦੇ ਪੇਸੀ ਭੀੜ ਦੇ ਵਿੱਚੋਂ ਵੀ ਦੋਹਾ ਵਿੱਚੋਂ ਕਿਸੇ ਨੇ ਵੀ ਨਹੀਂ ਪੁੱਛਿਆ ਤੇ ਕਿਸੇ ਨੇ ਸੇਵਾ ਨਹੀਂ ਕੀਤੀ ਤੇ ਸਾਰਾ ਦਾ ਭਾਰ ਢੂੰਦਾ ਰਿਹਾ ਵਿਚਾਰਾ ਮਰ ਗਿਆ ਤੇ ਹੁਣ ਅੱਗੇ ਅਸੀਂ ਦੇਖਣੇ ਆ ਅੱਗੇ ਦੀ ਲਾਈਨਾਂ ਬਹੁਤ ਮਤਲਬ ਦਿਲ ਨੂੰ ਛੂਨ ਵਾਲੀਆਂ ਨੇ ਕੀ ਕਹਾਣੀਕਾਰ ਸੋਚਦਾ ਸੀ ਕਿ ਅੱਜ ਕਲਯੁਗ ਵਿੱਚ ਸ਼ਰਵਣ ਪੁੱਤਰ ਦੀ ਜ਼ਰੂਰਤ ਹੈ ਤ੍ਰੇਤਾ ਯੁਗ ਵਿੱਚ ਇੱਕ ਸ਼ਰਵਣ ਪੁੱਤਰ ਕਾਰਨ ਕਿੰਨਾ ਉਪ ਉਪਧਰ ਮਚਿਆ ਸੀ ਜੇਕਰ ਉਸ ਦੀ ਵੰਗੀ ਨਾ ਹੁੰਦੀ ਵੰਗੀ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸਿਆ ਬਈ ਜਿਹੜੇ ਸ਼ਰਵਣ ਪੁੱਤਰ ਹੁੰਦਾ ਉਹਨੇ ਆਪਣੇ ਕੰਦੇ ਉੱਤੇ ਮਤਲਬ ਇੱਕ ਡੰਡਾ ਜਾਂ ਲਿੱਤਾ ਹੁੰਦਾ ਤੇ ਅੱਗੇ ਮਾਂ ਬਿਠਾਈ ਹੁੰਦੀ ਅੱਗੇ ਪੁੱਤਰ ਬਿਠਾਇਆ ਮਤਲਬ ਅੱਗੇ ਮਾਂ ਬਿਠਾਈ ਹੁੰਦੀ ਔਰ ਅੱਗੇ ਔਰ ਪਿੱਛੇ ਆਪਣਾ ਜਿਹੜਾ ਵੇ ਪਿਓ ਬਿਠਾਇਆ ਹੁੰਦਾ ਤੇ ਉਹ ਨੂੰ ਉਹ ਜਿਹੜੀ ਚੱਕੀ ਹੁੰਦੀ ਉਹਨੂੰ ਵਿੰਗੀ ਕਹਿੰਦੇ ਨੇ ਤੇ ਵਿੰਗੀ ਨਾ ਹੁੰਦੀ ਤੇ ਉਹ ਅਗਿਆਕਾਰੀ ਪੁੱਤਰ ਨਾ ਹੁੰਦਾ ਜੇ ਹੁੰਦੀ ਵਿੰਗੀ ਨਾ ਹੁੰਦੀ ਤੇ ਅਗਿਆਕਾਰੀ ਪੁੱਤਰ ਨਾ ਹੁੰਦਾ ਤਾਂ ਨਾ ਦਸ਼ਰਤ ਨੂੰ ਸ਼ਰਾਪ ਲੱਗਣਾ ਸੀ ਤੇ ਨਾ ਰਾਮ ਰਾਵਣ ਦੇ ਯੁੱਧ ਨੂੰ ਦਰਸਾਉਣ ਵਾਲੀ ਰਮਾਇਣ ਹੁੰਦੀ ਫਿਰ ਕਹਿੰਦੇ ਮਹਾਬਲੀ ਉਦਾ ਮਹਾ ਗਿਆਨੀ ਆਪਣੀ ਵਿਦਵਤਾ ਦਾ ਕੋਈ ਅੰਸ਼ ਦੁਨੀਆ ਨੂੰ ਦੇ ਜਾਂਦਾ ਹੈ ਤੇ ਫਿਰ ਕਹਿੰਦੇ ਸੀਤਾ ਦੀ ਅਗਨੀ ਪਰਖਿਆ ਨਾ ਹੁੰਦੀ ਜੇ ਮਤਲਬ ਵੈੰਗੀ ਨਾ ਹੁੰਦੀ ਜੇ ਸਰਵਣ ਪੁੱਤਰ ਨਾ ਹੁੰਦਾ ਤੇ ਸੀਤਾ ਦੀ ਅਗਨੀ ਪਰਖਿਆ ਨਾ ਹੁੰਦੀ ਰਾਵਣ ਨਾ ਮਰਦਾ ਰਮਾਇਣ ਨਾ ਹੁੰਦੀ ਤੇ ਫਿਰ ਕਹਿੰਦੇ ਪਰ ਅੱਜ ਦਾ ਅੱਜ ਤਾਂ ਸੀਤਾ ਨੂੰ ਬਾਲਣ ਦੀ ਥਾਂ ਤੰਦੂਰ ਵਿੱਚ ਸੜਿਆ ਗਿਆ ਸੜਿਆ ਜਾ ਰਿਹਾ ਹੈ ਹੁਣ ਇਹਦੇ ਵਿੱਚ ਤੁਸੀਂ ਕਿੰਨੀ ਵੱਡੀ ਮਤਲਬ ਇਹਨੇ ਲਾਈਨ ਕਹਿ ਦਿੱਤੀ ਕਿ ਅੱਜ ਕੱਲ ਤਾਂ ਮਤਲਬ ਕੁੜੀਆਂ ਨੂੰ ਸੀਤਾ ਨੂੰ ਸੀਤਾ ਇੱਕ ਕਿਸਮ ਦੀ ਮਤਲਬ ਹੈ ਸਮਾਜ ਦੀਆਂ ਕੁੜੀਆਂ ਨੇ ਔਰ ਜਿਹੜਾ ਤੰਦੂਰ ਹੈ ਤੰਦੂਰ ਇੱਕ ਤੰਦੂਰ ਵਿੱਚ ਸਾੜਿਆ ਜਾ ਰਿਹਾ ਹੈ ਆ ਦੇਖੋ ਸਟੋਫ ਫਟ ਜਾਂਦੇ ਹਨ ਸਟੋਫ ਫਟ ਨਹੀਂ ਜਾਂਦੇ ਸਟੋਫ ਫਾੜੇ ਜਾਂਦੇ ਹਨ ਵੀ ਜਾਣ ਬੁੱਝ ਕੇ ਉਹਨਾਂ ਨੂੰ ਕੁੜੀਆਂ ਨੂੰ ਸਾੜਿਆ ਜਾਂਦਾ ਹੈ ਦਹੇਜ ਦੇ ਖਾਤਰ ਔਰ ਉਹਨਾਂ ਨੂੰ ਮਾਰਿਆ ਜਾਂਦਾ ਹੈ ਅੱਜ ਕੌਣ ਸਰਵਨ ਬਣ ਸਕਦਾ ਹੈ ਤੇ ਵੰਗੀ ਚੁੱਕ ਸਕਦਾ ਹੈ ਕੌਣ ਲੱਖਾਂ ਰਾਵਣਾ ਨੂੰ ਮਾਰੇਗਾ ਕਿੰਨੀਆਂ ਹੋਰ ਸੀਤਾ ਦੀਆਂ ਅਗਨੀਆਂ ਪ੍ਰੀਖਿਆਵਾਂ ਹੋਣਗੀਆਂ ਬਸ ਹੋਰ ਸਰਵਣ ਸਰਵਣ ਦੀ ਵੰਗੀ ਨਹੀਂ ਚਾਹੀਦੀ ਬਿ ਬਸ ਹੁਣ ਸਾਨੂੰ ਸਰਵਣ ਚਾਹੀਦਾ ਹੈ ਸਰਵਣ ਦੀ ਵੰਗੀ ਨਹੀਂ ਚਾਹੀਦੀ ਬਿ ਵੰਗੀ ਸਾਡੇ ਕਿਸੇ ਕੰਮ ਦੇ ਸੰਤ ਤਾ ਸਰਵਣ ਪੁੱਤਰ ਚਾਹੀਦਾ ਤੇ ਇਸ ਹਿਸਾਬ ਨਾਲ ਇਹ ਕਹਾਣੀ ਜਿਹੜੀ ਹੈ ਖਤਮ ਹੋ ਜਾਂਦੀ ਬਹੁਤ ਚੰਗੀ ਕਹਾਣੀ ਬਹੁਤ ਵਧੀਆ ਕਹਾਣੀ ਸੀ ਤੇ ਮੈਂ ਤੁਹਾਨੂੰ ਬੜੇ ਸਿੰਪਲ ਸ਼ਬਦਾਂ ਵਿੱਚ ਸਮਝਾਤੀ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਕੇ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ